ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਲੈਕਚਰਰ ਪੰਜਾਬੀ ਦਾ ਜਿਹੜੇ ਪੇਪਰ ਕਰਕੇ ਆਏ ਹੈ ਉਹਨਾਂ ਨੂੰ ਉਡੀਕ ਹੋਵੇਗੀ ਆਂਸਰ ਕੀ ਦੀ, ਤਾਂ ਜ਼ਰੂਰ ਅੱਜ ਲਗਾਤਾਰ ਜਦੋਂ ਦਾ ਪੇਪਰ ਹੋਇਆ ਪਈ, ਉਸ ਤੋਂ ਬਾਅਦ ਬਹੁਤ ਜ਼ਿਆਦਾ ਬੱਚਿਆਂ ਨੇ ਜਿਹੜੇ ਮੇਰੇ ਨਾਲ ਜੁੜੇ ਹੋਏ ਸੀ ਔਰ ਸਾਥੀਆਂ ਨੇ ਵੀ ਲਗਾਤਾਰ ਕਮੈਂਟ ਕੀਤਾ ਕਿ ਤੁਸੀਂ ਆਂਸਰ ਕੀ ਜਾਰੀ ਕਰੋ। ਤਾਂ ਬਿਲਕੁਲ ਤੁਸੀਂ ਇੰਨਾ ਮਾਣ ਕੀਤਾ ਮੇਰੇ ਉੱਤੇ, ਹੋਰ ਵੀ ਵਿਦਵਾਨ ਸਾਥੀ ਹੈ, ਪਰੰਤੂ ਤੁਸੀਂ ਇਹ ਮਾਣ ਕੀਤਾ ਕਿ ਬਈ ਤੁਸੀਂ ਆਂਸਰ ਕੀ ਜਾਰੀ ਕਰੋ, ਤਾਂ ਮੈਂ ਆਪਣੀ ਤਰਫੋਂ ਜਿਹੜੀ ਆਂਸਰ ਕੀ ਹੈ ਉਹ ਕੱਲ ਕੀ ਕਹਿੰਦੇ ਆ ਮੈਂ ਜਾਰੀ ਕਰੂੰਗਾ। ਹੋਰ ਪੇਪਰ ਆਇਆ ਔਰ ਇੱਕ ਗੱਲ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਹਿ ਰਿਹਾ ਔਰ ਅੱਜ ਵੀ ਇਹ ਗੱਲ ਕਹਿ ਰਹੇ, ਪੇਪਰ ਹੋਣ ਤੋਂ ਬਾਅਦ ਵੀ ਜਿਹੜੇ ਬੱਚੇ ਮੇਰੇ ਨਾਲ ਜੁੜੇ ਸੀ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਸਿਲੈਕਸ਼ਨ ਨੰਬਰ ਹੈ ਤੁਹਾਨੂੰ ਪੇਪਰ ਅੰਦਰ ਜ਼ਰੂਰ ਮਿਲੇਗਾ, ਤੁਸੀਂ ਆ ਪੇਪਰ ਚੱਕ ਕੇ ਵੇਖ ਲਿਓ, ਆਪਣੇ ਨੋਟਸ ਚੱਕ ਕੇ ਵੇਖ ਲਓ, ਤੁਹਾਨੂੰ ਸਿਲੈਕਸ਼ਨ ਨੰਬਰ ਹੈ ਉਹ ਪੱਕਾ ਮਿਲੇਗਾ, ਜਿੰਨੀ ਵੀ ਮੈਰਿਟ ਰਹੇਗੀ। ਹੁਣ ਆਪਣਾ ਇਹ ਦਾਵਾ ਹੈਗਾ ਭਾਈ ਤੁਸੀਂ ਵੇਖ ਲਿਓ ਉਸ ਮੈਰਿਟ ਤੋਂ ਉੱਤੇ ਜਿਹੜੇ ਹੈਗੇ ਕੁਐਸਚਨ ਤੁਹਾਨੂੰ ਆਪਣੇ ਨੋਟਸ ਦੇ ਅੰਦਰੋਂ ਮਿਲਣਗੇ, ਜਿਹੜਾ ਅਸੀਂ ਪੜ੍ਹਾਇਆ ਉਸ ਦੇ ਵਿੱਚੋਂ ਤੁਹਾਨੂੰ ਮਿਲੇਗਾ। ਪੇਪਰ ਜਦੋਂ ਮੈਂ ਤਿਆਰੀ ਕਰਵਾ ਰਿਹਾ ਸੀ ਲਗਾਤਾਰ ਇੱਕ ਸਾਲ ਤਿਆਰੀ ਕਰਵਾਈ ਹੈ, ਹਰ ਬੱਚਾ ਕਹਿ ਰਿਹਾ ਸੀ ਗੁਰੂ ਜੀ ਤੁਸੀਂ ਵਿਸਥਾਰ ਨਾਲ ਕਰਾ ਰਹੇ ਹੋ, ਬਹੁਤ ਵੱਡਾ ਕਰਾ ਰਹੇ ਹੋ, ਹਰ ਇੱਕ ਕੰਸੈਪਟ ਤੁਸੀਂ ਕਰਾ ਰਹੇ ਹੋ ਉਹਨੂੰ ਬੜਾ ਵਿਸਥਾਰ ਨਾਲ ਕਰਾ ਰਹੇ ਹੋ। ਤਾਂ ਉਸ ਟਾਈਮ ਮੈਂ ਆਹੀ ਗੱਲ ਕਹਿੰਦਾ ਸੀ ਕਿ ਜਿਹੜਾ ਪਿਛਲੇ ਪੇਪਰ ਜਿੰਨੇ ਵੀ ਆਏ ਹੈਗੇ ਹੈ, ਲੈਕਚਰਾਰ ਦਾ ਪਿਛਲਾ ਪੇਪਰ ਜਿਹੜਾ ਆਇਆ ਸੀਗਾ ਉਸ ਪੱਧਰ ਨੂੰ ਧਿਆਨ ਚ ਰੱਖਦੇ ਹੋਏ ਹੀ ਤਿਆਰੀ ਕਰਾਈ ਗਈ ਔਰ ਇੰਨਾ ਵੱਡਾ ਜਫਾ ਜਿਹੜਾ ਹੈ ਕਿ ਉਹ ਸਿਲੇਬਸ ਨੂੰ ਪਾਇਆ ਗਿਆ ਉਹਦੇ ਪਿੱਛੇ ਕਾਰਨ ਆਹੀ ਸੀ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਦੋਂ ਬੱਚਾ ਪੇਪਰ ਵੇਖੇ ਤਾਂ ਉਹਨੂੰ ਐਵੇਂ ਨਾ ਲੱਗੇ ਕਿ ਬਈ ਸਾਨੂੰ ਆਹ ਚੀਜ਼ ਕਰਵਾਈ ਨਹੀਂ ਹੋਈ। ਹੋਰ ਅੱਜ ਵੀ ਉਹ ਜਾ ਕੇ ਦੁਬਾਰਾ ਦੇਖੂਗਾ ਆਪਣੇ ਨੋਟਸ, ਉਹਨਾਂ ਵਿੱਚੋਂ ਪ੍ਰਸ਼ਨ ਮਿਲਣਗੇ ਉਹਨਾਂ ਨੂੰ ਔਰ ਇਸ ਸੰਬੰਧੀ ਕੱਲ ਜਦੋਂ ਮੈਂ ਆਂਸਰ ਕੀ ਜਾਰੀ ਕਰੂੰਗਾ ਔਰ ਮੈਂ ਆਹ ਤੁਹਾਨੂੰ ਦੱਸ ਵੀ ਦਊਂਗਾ ਭਾਈ ਆਹ ਚੀਜ਼ ਇੱਥੋਂ ਆਈ ਹੈ। ਉਸ ਤੋਂ ਬਾਅਦ ਆਪਾਂ ਜਿਹੜੀ ਦੂਜੀ ਗੱਲ ਕੀਤੀ ਟ੍ਰੇਨਿੰਗ ਦੀ, ਟ੍ਰੇਨਿੰਗ ਕੈਂਪ ਲਾਇਆ, ਆਪਾਂ ਪੇਪਰ ਕਰਨਾ ਕਿੱਦਾਂ, ਕਿਹੜਾ ਪ੍ਰਸ਼ਨ ਆਪਾਂ ਛੱਡਣਾ, ਕਿਹੜਾ ਕਰਨਾ, ਕਿਵੇਂ ਵਿਸ਼ਲੇਸ਼ਣ ਕਰਨਾ, ਉਹ ਵਿਸ਼ਲੇਸ਼ਣ ਸ਼ਮਤਾ ਵਿਸ਼ਲੇਸ਼ਣ ਸਕਿੱਲ ਜੋ ਬੱਚਿਆਂ ਅੰਦਰ ਪੈਦਾ ਕੀਤੀ ਉਸ ਦੇ ਹੀ ਸਹਾਰੇ ਜਿਹੜੇ ਹੈ ਕਈ ਆਪਾਂ ਪ੍ਰਸ਼ਨ ਸਹੀ ਕਰ ਸਕੇ ਪਈ। ਹੋਰ ਇੱਕ ਗੱਲ, ਜਿਹੜਾ ਪੇਪਰ ਆਇਆ ਪਿਛਲੀ ਵਾਰ ਵੀ ਐਵੇਂ ਹੋ ਗਿਆ ਸੀ, ਇਸ ਵਾਰ ਵੀ ਐਵੇਂ ਹੋ ਗਿਆ ਕਿ ਪੇਪਰ ਵਾਲਾ ਮੈਨੂੰ ਲੱਗਦਾ ਪ੍ਰੇਮ ਪ੍ਰਕਾਸ਼ ਦਾ ਫੈਨ ਹੋਊਗਾ ਜਾਂ ਭਾਸ਼ਾ ਵਿਗਿਆਨੀ ਹੋਵੇਗਾ, ਭਾਸ਼ਾ ਵਿਗਿਆਨ ਤੋਂ ਸੰਬੰਧਿਤ ਉਹਨੇ ਕਾਫੀ ਪ੍ਰਸ਼ਨ ਹੈ ਜੋ ਪਾਏ ਹੈ। ਹੋਰ ਆਪਾਂ ਜਦੋਂ ਕਿਤਾਬਾਂ ਲਿਖਾਈਆਂ ਸੀਗੀਆਂ ਤਾਂ ਮੈਂ ਉਦੋਂ ਫੋਲੋ ਨਹੀਂ ਕੀਤਾ ਬ੍ਰਹਮ ਜਗਦੀਸ਼ ਨੂੰ, ਫੋਲੋ ਨਹੀਂ ਕੀਤਾ ਸੰਤ ਸਿੰਘ ਸੇਖੋਂ ਨੂੰ, ਰਜਿੰਦਰ ਸਿੰਘ ਸੇਖੋਂ ਨੂੰ, ਕਿਉਂਕਿ ਮੈਂ ਕਿਹਾ ਸੀਗਾ ਕਿ ਜਦੋਂ ਵੀ ਪੇਪਰ ਆਉਂਦਾ ਤਾਂ ਜਿਹੜੇ ਰਿਸਰਚਰ ਹੈ ਜਿਨ੍ਹਾਂ ਨੇ ਤਕੜੀ ਮਿਹਨਤ ਕੀਤੀ ਹੈ ਉਹਨਾਂ ਦੀਆਂ ਕਿਤਾਬਾਂ ਨੂੰ ਹੀ ਫੋਲੋ ਕੀਤਾ ਜਾਂਦਾ ਹੈ। ਤੁਸੀਂ ਭਾਵੇਂ ਅੱਜ ਵੀ ਵੇਖ ਲਿਓ, ਪਿਛਲੀ ਵਾਰ ਮੇਰੀ ਵੀਡੀਓ ਬਣੀ ਹੈ ਉਹ ਚ ਵੀ ਵੇਖ ਲਿਓ ਜਿਹੜੀ ਮੈਂ ਗੱਲ ਕਹੀ ਸੀ ਔਰ ਜਿਹੜੀ ਮੈਂ ਸੂਚੀ ਦਿੱਤੀ ਸੀ ਭਈ ਆਹ ਜਿਹੜੀਆਂ ਕਿਤਾਬਾਂ ਨੇ ਔਥੈਂਟਿਕ ਕਿਤਾਬਾਂ ਨੇ, ਉਹਨਾਂ ਸਾਰੀਆਂ ਕਿਤਾਬਾਂ ਦੇ ਅੰਦਰੋਂ ਹੀ ਆਪਾਂ ਕੀ ਕਹਿੰਦੇ ਨੋਟਸ ਤਿਆਰ ਕੀਤੇ ਔਰ ਨੋਟਸ ਤਿਆਰ ਉਹਨਾਂ ਕਿਤਾਬਾਂ ਵਿੱਚੋਂ ਹੋਏ ਸੀਗੀ। ਇਸੇ ਕਾਰਨ ਕੀ ਹੋਇਆ ਕਿ ਆਪਾਂ ਨੂੰ ਇਹ ਸਫਲਤਾ ਮਿਲੀ ਕਿ ਆਪਾਂ ਨੇ ਜਿਹੜਾ ਹੈ ਸਿਲੈਕਸ਼ਨ ਨੰਬਰ ਹੈ ਉਹ ਤੁਹਾਨੂੰ ਮਿਲ ਰਿਹਾ। ਹੁਣ ਇਹ ਗੱਲ ਵੱਖਰੀ ਹੈ ਕਿ ਕਈ ਜਿਵੇਂ ਕੋਟੇਸ਼ਨਾਂ ਆ ਗਈਆਂ, ਊਟ ਪਟਾਂਗ ਕੋਟੇਸ਼ਨਾਂ ਆ ਗਈਆਂ, ਉਹ ਸਿਲੈਕਸ਼ਨ ਨੰਬਰ ਤੇ ਨਹੀਂ ਫਰਕ ਪਾਉਂਦੀ ਹੈ ਬਈ। ਹੋਰ ਵੀ ਕਈ ਚੀਜ਼ਾਂ ਜਿਹੜੀ ਕਾਫੀ ਮਿਆਰੀ ਪ੍ਰਸ਼ਨ ਆਏ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਮੈਰਿਟ ਉਸ ਹਿਸਾਬ ਨਾਲ ਮੈਰਿਟ ਰਹੇਗੀ, ਮੈਰਿਟ ਜਿੱਥੇ ਮਰਜ਼ੀ ਖੜ ਜੇ ਆ ਕੇ, ਪਰੰਤੂ ਇੱਕ ਦਾਵਾ ਅੱਜ ਵੀ ਮੈਂ ਠੋਕ ਕੇ ਕਰਦਾ ਕਿ ਸਿਲੈਕਸ਼ਨ ਨੰਬਰ ਜਿਹੜਾ ਹੈ ਉਸ ਤੋਂ ਉੱਤੇ ਨੰਬਰ ਹੈ ਜਿਹੜੇ, ਉਸ ਤੋਂ ਉੱਤੇ ਨੰਬਰਾਂ ਦੇ ਕੁਐਸਚਨ ਹੈ ਨਾ ਜਿਹੜੇ ਤੁਹਾਨੂੰ ਆਪਣੇ ਨੋਟਸ ਦੇ ਅੰਦਰੋਂ ਮਿਲਣਗੇ। ਜਿਹੜੇ ਬੱਚੇ ਮੇਰੇ ਨਾਲ ਜੁੜੇ ਹੋਏ ਸੀ ਤਿਆਰੀ ਕਰ ਰਹੇ ਸੀਗੇ ਉਹ ਅੱਜ ਖੁਸ਼ ਹੈਗੇ ਹੈ, ਉਹ ਕਹਿੰਦੇ ਵਾਕਈ ਉਸ ਚੋਂ ਆਇਆ। ਸਿਲੈਕਸ਼ਨ ਨੰਬਰ ਦਾ ਦਾਵਾ ਕੀਤਾ ਸੀ, ਸਿਲੈਕਸ਼ਨ ਨੰਬਰ ਤੁਹਾਨੂੰ ਦਿੱਤਾ ਔਰ ਐਵੇਂ ਸੈਕੰਡ ਗੇਟ ਦੇ ਅੰਦਰ, ਥਰਡ ਗੇਟ ਦੇ ਅੰਦਰ, ਭਾਵੇਂ ਮੈਂ ਸੈਕੰਡ ਗੇਟ ਕਰਾਇਆ, ਥਰਡ ਗੇਟ ਕਰਾਇਆ, ਮੈਂ ਵਿਸਥਾਰ ਨਾਲ ਕਰਾਇਆ, ਇਸ ਕਾਰਨ ਕਰਾਇਆ ਤਾਂ ਕਿ ਕੱਲ ਨੂੰ ਬੱਚਾ ਜਾ ਕੇ ਪੇਪਰ ਵੇਖੇ ਤੁਹਾਨੂੰ ਐਵੇਂ ਨਾ ਲੱਗੇ ਬਈ ਸਰ ਨੇ ਨਹੀਂ ਕਰਾਇਆ, ਤੁਸੀਂ ਨਹੀਂ ਕੀਤਾ, ਇੱਕ ਵੱਖਰੀ ਗੱਲ। ਹੁਣ ਜਿਹੜਾ ਭਾਸ਼ਾ ਵਿਗਿਆਨ ਵਾਲਾ ਪੋਰਸ਼ਨ ਸੀਗਾ ਉਸਨੂੰ ਬਹੁਤ ਵਧੀਆ ਤਰੀਕੇ ਨਾਲ ਕਰਾਇਆ, ਸਿੱਖਿਆ ਵਿਗਿਆਨ, ਸਿੱਖਿਆ ਮਨੋਵਿਗਿਆਨ ਵਾਲਾ ਪੋਰਸ਼ਨ ਸੀਗਾ, ਮੈਂ ਬੱਚਾ ਲਗਾਤਾਰ ਕਿਹਾ ਤੁਸੀਂ ਵੀਡੀਓ ਵੇਖ ਲਓ, ਤੁਸੀਂ ਵੀਡੀਓ ਚੱਕ ਕੇ ਵੇਖ ਲਓ, ਕਈ ਪ੍ਰਸ਼ਨ ਸਿੱਧੇ ਦੇ ਸਿੱਧੇ ਆਏ ਹੋਏ ਹੈਗੇ ਹੈ।
ਸਿੱਖਿਆ ਮਨੋਵਿਗਿਆਨ ਦੇ ਅੰਦਰ। ਔਰ ਜਦੋਂ ਕਿ ਰਾਜਸਥਾਨ ਦੇ ਵਿੱਚ ਹਾਲਾਤ ਹੈ ਕਿ ਸਿੱਖਿਆ ਮਨੋਵਿਗਿਆਨ ਦੀ ਪੰਜਾਬੀ ਚ ਕੋਈ ਕਿਤਾਬ ਨਹੀਂ ਗੀ, ਔਰ ਆਪਾਂ ਉਸ ਸਮੇਂ ਮਿਆਰੀ ਕਿਤਾਬਾਂ ਦੇ ਵਿੱਚੋਂ ਸਿੱਖਿਆ ਮਨੋਵਿਗਿਆਨ ਦੀ ਤਿਆਰੀ ਕਰਾਈ ਸੀ, ਨਾ ਕਿ ਕੋਈ ਕਿਤਾਬ ਚੱਕ ਕੇ ਉਹਦਾ ਪੰਜਾਬੀ ਚ ਉਲਥਾ ਕਰਕੇ ਤੁਹਾਨੂੰ ਦਿੱਤਾ। ਇਹ ਜਿਹਾ ਕੰਮ ਨਹੀਂ ਕੀਤਾ, ਕਿਉਂਕਿ ਆਪਣਾ ਜਿਹੜਾ ਪੰਜਾਬੀ ਵਿਰਸਾ ਹੈ, ਪੰਜਾਬੀ ਦੀ ਕਿਤਾਬਾਂ ਹੈ, ਪੰਜਾਬ ਦੇ ਅੰਦਰ ਬਹੁਤ ਮੈਟਰ ਹੈਗਾ, ਮੈਟਰ ਦੀ ਕੋਈ ਕਮੀ ਨਹੀਂ, ਪੜ੍ਹਨ ਵਾਲੇ ਦੀ ਕਮੀ ਹੈ। ਉਸ ਮਿਆਰੀ ਮੈਟਰ ਆਪਾਂ ਇਕੱਠਾ ਕੀਤਾ, ਉਹਦੇ ਸਦਕਾ ਕੀ ਕਹਿੰਦੇ ਆ ਕਿ ਆਪਾਂ ਨੂੰ ਇਹ ਸਫਲਤਾ ਮਿਲੀ ਹੈਗੀ ਹੈ। ਹੋਰ ਦੂਜੀ ਗੱਲ, ਤੁਸੀਂ ਇਹਨਾਂ ਇੰਨੇ ਵਿਦਵਾਨਾਂ ਦੇ ਹੁੰਦੇ ਹੋਏ ਮੈਨੂੰ ਇਹ ਮਾਣ ਸਤਿਕਾਰ ਦਿੱਤਾ ਕਿ ਸਰ ਤੁਸੀਂ ਆਂਸਰ ਕੀ ਜਾਰੀ ਕਰੋ। ਮੈਂ ਪਹਿਲਾਂ ਵੀ ਬੱਚਿਆਂ ਨੂੰ ਕਿਹਾ ਸੀ ਪੇਪਰ ਜੀ ਜਾਂ ਮਰਜ਼ੀ ਆ ਜਾਏ, ਪਰ ਐਵੇਂ ਨਹੀਂ ਹੋਏਗਾ ਵੀ ਆਂਸਰ ਕੀ ਜਾਰੀ ਨਾ ਹੋਵੇ, ਆਂਸਰ ਕੀ ਜ਼ਰੂਰ ਜਾਰੀ ਕੀਤੀ ਜਾਵੇਗੀ। ਤਾਂ ਕੱਲ੍ਹ ਕੀ ਕਹਿੰਦੇ ਆ ਕਿ ਜਿਹੜੀ ਆਂਸਰ ਕੀ ਹੈ ਉਸ ਨੂੰ ਜਾਰੀ ਕੀਤਾ ਜਾਵੇਗਾ। ਬਈ ਆਹ ਹੈ, ਇੰਨੀ ਜੀ ਗੱਲ ਕਹਿਣ ਵਾਸਤੇ ਮੈਂ ਤੁਹਾਡਿਆਂ ਨੂੰ ਮੁਖਾਤਬ ਹੋਇਆ ਸੀ। ਬਈ ਹੋਰ ਵੀ ਜਿਹੜੇ ਬੱਚੇ ਮੇਰੇ ਨਾਲ ਜੁੜੇ ਹੋਏ ਹੈਗੇ ਆ ਉਹ ਬਿਲਕੁਲ ਹੌਸਲੇ ਨਾਲ ਤਿਆਰੀ ਕਰੋ। ਆਹ ਗੱਲ ਨਾ ਸੋਚੋ ਕਿ ਸਰ ਸਾਨੂੰ ਬਹੁਤ ਕਰਾਈ ਜਾਂਦੇ ਆ, ਜ਼ਿਆਦਾ ਕਰਵਾਈ ਜਾਂਦੇ ਆ। ਪਾਠਕ੍ਰਮ ਤੋਂ ਬਾਹਰ ਕੁਛ ਵੀ ਨਹੀਂ ਕਰਾਇਆ, ਪਰ ਪਾਠਕ੍ਰਮ ਦੇ ਅੰਦਰ ਜਿਹੜਾ ਬਿੰਦੂ ਦਿੱਤਾ ਹੋਇਆ ਹੈ ਉਸ ਨੂੰ 360 ਡਿਗਰੀ ਤੇ ਘੁਮਾਇਆ, ਹਰ ਇੱਕ ਚੀਜ਼ ਕਰਾਈ ਹੈ ਤਾਂ ਕਿ ਉਹਦੇ ਵਿੱਚੋਂ ਕੋਈ ਗੱਲ ਆ ਜੇ, ਕੋਈ ਪ੍ਰਸ਼ਨ ਆ ਜੇ ਤਾਂ ਆਪਾਂ ਨੂੰ ਓਪਰਾ ਨਾ ਲੱਗੇ। ਜਿਹੜਾ ਵੀ ਬਿੰਦੂ ਕਰਾਇਆ, ਵਿਸਥਾਰਨ ਕਰਾਇਆ, ਤੁਸੀਂ ਭਾਸ਼ਾ ਉਪ ਭਾਸ਼ਾਵਾਂ ਦਾ ਆਪਣਾ ਯੂਟਿਊਬ ਦੇ ਉੱਤੇ ਡੈਮੋ ਕਲਾਸਾਂ ਲੱਗੀਆਂ, ਸਵਾ ਸਵਾ ਘੰਟੇ ਦੀ ਇੱਕ ਕੀ ਕਹਿੰਦੇ ਇੱਕ ਉਪ ਭਾਸ਼ਾ ਦੀ ਕਲਾਸ ਹੈਗੀ ਹੈ। ਉਹਦੇ ਪਿੱਛੇ ਕਾਰਨ ਕੀ ਸੀ? ਆਹੀ ਕਾਰਨ ਸੀਗਾ ਵੀ ਕਿੱਧਰ ਕੋਈ ਪ੍ਰਸ਼ਨ ਆ ਜਾਏ ਬੱਚਾ ਆੜ ਨਾ ਜਾਵੇ। ਹਰ ਇੱਕ ਟੋਪਿਕ ਨੂੰ ਇਸ ਤਰੀਕੇ ਨਾਲ ਕਰਾਇਆ, ਔਰ ਉਸ ਦੇ ਕਾਰਨ ਆਪਾਂ ਨੂੰ ਇਹ ਜਿਹੜੀ ਸਫਲਤਾ ਮਿਲੀ ਹੈਗੀ ਹੈ ਭਾਈ, ਉਸ ਦੇ ਪਿੱਛੇ ਹੀ ਆਹੀ ਕਾਰਨ ਹੈਗਾ ਭਾਈ। ਔਰ ਗਾਹ ਤੋਂ ਵੀ ਜਿਹੜੀ ਤਿਆਰੀ ਕਰਾਈ ਜਾਵੇਗੀ ਉਹ ਇਸੇ ਪੱਧਰ ਨੂੰ ਧਿਆਨ ਵਿੱਚ ਰੱਖਦੀ ਹੋਈ ਕਰਾਈ ਜਾਊਗੀ। ਜੇ ਤਾਂ ਸਰਲ ਪੇਪਰ ਆਇਆ, ਜੇ ਪੰਜਾਬ ਮਾਸਟਰ ਕਾਡਰ ਦੇ ਅੰਦਰ ਕੀ ਹੋਇਆ ਸੀਗਾ ਕਿ ਆਪਣੇ 145 ਕੁਐਸਚਨ ਆਏ ਆ ਪੰਜਾਬ ਮਾਸਟਰ ਕਾਡਰ ਦੇ, ਜਿਨ੍ਹਾਂ ਨੇ ਸਾਡੇ ਤੋਂ ਤਿਆਰੀ ਕੀਤੀ ਹੈਗੀ ਹੈ, ਔਰ ਉਹਨਾਂ ਨੂੰ ਆਹ ਗੱਲ ਪਤਾ ਹੈ 150 ਚੋਂ 145 ਕੁਐਸਚਨ ਆਏ। ਕਿਉਂ ਆਏ? ਕਿਉਂਕਿ ਪੇਪਰ ਬਹੁਤ ਸਰਲ ਸੀਗਾ, ਬਹੁਤ ਸਰਲ ਸੀ। 145 ਕੱਟ ਆਫ 139 ਗਈ ਹੈ, ਸਿਲੈਕਸ਼ਨ ਨੰਬਰ ਦਾ ਗੱਲ ਕੀਤੀ ਸੀ ਔਰ ਸਿਲੈਕਸ਼ਨ ਨੰਬਰ ਦੀ ਗੱਲ ਕੀਤੀ ਹੈ ਔਰ ਉਹ ਪੂਰੀ ਹੋਈ। 139 ਕੱਟ ਆਫ ਗਈ ਹੈ, 145 ਆਏ ਹੈ। ਤੁਸੀਂ ਭਲਾ ਆਪਣੇ ਜਿਹੜੇ ਨੋਟਸ ਹੈ ਜਿਨ੍ਹਾਂ ਨੇ ਪੰਜਾਬ ਮਾਸਟਰ ਕਾਡਰ ਲਿੱਤਾ ਤੁਸੀਂ ਵੇਖ ਸਕਦੇ ਹੋ ਭਾਈ। ਔਰ ਇਸ ਵਾਰ ਵੀ ਅਗਰ ਮੈਰਿਟ ਡਾਉਨ ਜਾਊਗੀ ਤਾਂ ਇਹ ਗੱਲ ਆਪਾਂ ਅੱਜ ਵੀ ਠੋਕ ਕੇ ਕਹਿੰਦੇ ਹਾਂ ਭਾਈ ਜਿਹੜਾ ਸਿਲੈਕਸ਼ਨ ਨੰਬਰ ਹੈ ਉਹ ਤੁਹਾਨੂੰ ਜ਼ਰੂਰ ਮਿਲੇਗਾ। ਐਵੇਂ ਸੀਨੀਅਰ ਸੈਕੰਡਰੀ ਦਾ ਅੱਗੇ ਜਿਹੜੇ ਬੱਚੇ ਜੁੜੇ ਹੋਏ ਮੇਰੇ ਨਾਲ, ਭਾਵੇਂ ਥਰਡ ਗ੍ਰੇਡ ਦਾ, ਜਿੰਨਾ ਮਰਜ਼ੀ ਔਖਾ ਪੇਪਰ ਪਾਵੇ, ਆਪਾਂ ਤਿਆਰੀ ਇਸ ਹਿਸਾਬ ਨਾਲ ਕਰਾਈ ਹੈ ਕਿ ਸਿਲੈਕਸ਼ਨ ਨੰਬਰ ਹੈ ਜਿਹੜਾ ਉਹ ਆਪਣੇ ਤੋਂ ਪੱਕੀ ਤੌਰ ਤੇ ਆਪਣੇ ਅੰਡਰ ਚ ਹੋਏਗਾ। ਹੁਣ ਤੁਸੀਂ ਕੀ ਕਹਿੰਦੇ ਹੋ ਕਿ ਉਹਦੇ ਤੋਂ ਕਿੰਨਾ ਥੱਲੇ ਜਾਂਦੇ ਹੋ, ਕਿੰਨੇ ਗਲਤ ਕਰਦੇ ਹੋ, ਉਹ ਇੱਕ ਵੱਖਰੀ ਤੁਹਾਡੀ ਗੱਲ ਹੈਗੀ ਹੈ, ਪਰੰਤੂ ਤਿਆਰੀ ਪਿੱਛੇ ਮੈਂ ਕਸਰ ਨਹੀਂ ਛੱਡਾਂਗਾ। ਔਰ ਮੈਂ ਆਹੀ ਗੱਲ ਪਹਿਲਾਂ ਕੀ ਸੀ, ਆਹ ਵੀ ਗੱਲ ਜਿਹੜੇ ਸੈਕੰਡ ਗ੍ਰੇਡ ਦੀ ਤਿਆਰੀ ਕਰ ਰਹੇ ਆ ਬੱਚੇ ਉਹਨਾਂ ਨੂੰ ਦੁਬਾਰਾ ਇਹ ਗੱਲ ਕਹਿ ਰਿਹਾ ਵੀ ਮੈਂ ਆਪਣਾ ਬੈਸਟ ਦਊਂਗਾ, ਮੈਂ ਤੁਹਾਡੇ ਵਾਸਤੇ ਦਿਨ ਰਾਤ ਮਿਹਨਤ ਕਰੂੰਗਾ, ਤੁਸੀਂ ਪਿੱਛੇ ਨਹੀਂ ਹਟਣਾ। ਜਿਹੜੀ ਚੀਜ਼ ਕਰਾਈ ਹੈ, ਜਿਹੜੀ ਚੀਜ਼ ਦੱਸੀ ਹੈ, ਉਸ ਨੂੰ ਢੰਗ ਨਾਲ ਕਰਨਾ ਹੈਗਾ। ਜਿਹੜੇ ਆਪਾਂ ਟੈਸਟ ਪਾ ਰਹੇ, ਆਨਲਾਈਨ ਟੈਸਟ ਕਰੋ, ਤੁਹਾਡੀ ਰੈਂਕ ਆਵੇਗੀ। ਤੁਸੀਂ ਆਨਲਾਈਨ ਟੈਸਟ ਕਰੋ, ਤੁਹਾਡੀ ਰੈਂਕ ਆਊਗੀ, ਤੁਹਾਨੂੰ ਪਤਾ ਲੱਗ ਜੂਗਾ ਮੈਂ 300 ਜਵਾਕਾਂ 'ਚ ਮੇਰੀ ਆਹ ਰੈਂਕ ਹੈ। ਕੱਲ ਨੂੰ 3000 ਬੱਚੇ ਪੇਪਰ ਦੇਣਗੇ, ਤੁਹਾਨੂੰ ਆਹ ਪਤਾ ਲੱਗ ਜਾਏਗਾ ਭਾਈ ਮੈਂ ਅੱਜ 300 ਵਿੱਚ ਇੰਨਾ ਨੰਬਰ ਆ ਰਿਹਾ, 3000 'ਚ ਮੇਰਾ ਕੀ ਨੰਬਰ ਆਵੇਗਾ। ਤੁਸੀਂ ਤਿਆਰੀ ਕਰਕੇ ਫਿਰ ਦੁਬਾਰਾ ਦਿਓ, ਤਿਆਰੀ ਕਰਕੇ ਫਿਰ ਦੁਬਾਰਾ ਦਿਓ, ਤੁਹਾਡੀ ਇਹ ਵੀ ਮਜ਼ਬੂਤ ਔਰ ਜ਼ਬਰਦਸਤ ਤਿਆਰੀ ਹੋ ਜਾਏਗੀ ਕਿ ਸੈਕੰਡ ਗ੍ਰੇਡ ਦੇ ਪੇਪਰ ਦੇ ਅੰਦਰ ਆਪਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਣੀ ਨਹੀਂ ਲੱਗੀ। ਭਾਵੇਂ ਪੇਪਰ ਔਖਾ ਹੋਵੇ, ਭਾਵੇਂ ਸੌਖਾ ਹੋਵੇ, ਦੋਨੋਂ ਐਗਜ਼ਾਮਪਲ ਹੈ ਜਿਹੜੇ ਤੁਹਾਡੇ ਸਾਹਮਣੇ ਹੈਗੇ ਆ। ਪੀਐਮਸੀ ਪੰਜਾਬ ਮਾਸਟਰ ਕਾਡਰ ਦਾ ਪੇਪਰ ਸੌਖਾ ਆਇਆ, 145 ਕੁਐਸਚਨ ਆਪਣੇ ਆਏ ਦੇ ਆ। ਇੱਥੇ ਪੇਪਰ ਔਖਾ ਆਇਆ, ਸਿਲੈਕਸ਼ਨ ਨੰਬਰ ਹੈ ਜਿਹੜਾ ਉਹ ਤੁਹਾਨੂੰ ਜ਼ਰੂਰ ਮਿਲੇਗਾ। ਔਰ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਔਰ ਜਿਸ ਹਿਸਾਬ ਨਾਲ ਤੁਸੀਂ ਪਹਿਲਾਂ ਯੂਟਿਊਬ ਚੈਨਲ ਦੇ ਉੱਤੇ ਆਪਣੀ ਕੋਈ ਵੀ ਵੀਡੀਓ ਦੇਖ ਲਓ, ਲੋਕ ਖੇਡਾਂ ਵਾਲੀ ਦੇਖ ਲਓ, ਉਪ ਭਾਸ਼ਾ ਵਾਲੀ ਦੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ ਕੋਈ ਚੀਜ਼ ਛੱਡੀ ਨਹੀਂ। ਅਗਲਾ ਪ੍ਰਸ਼ਨ ਦਊਗਾ ਕਿੱਥੋਂ? ਔਰ ਮਿਆਰੀ ਕੀ ਕਹਿੰਦੇ ਕਿਤਾਬਾਂ ਦੇ ਅੰਦਰੋਂ ਨਿਚੋੜ ਕੱਢ ਕੇ, ਸੱਤ ਕੱਢ ਕੇ, ਪੂਰੇ ਵਿਸਥਾਰ ਨਾਲ ਵਧੀਆ ਤਰੀਕੇ ਨਾਲ ਕਰਾਇਆ ਗਿਆ ਬਈ। ਹਾਂਜੀ, ਅੱਜ ਕਰੋ ਇੰਤਜ਼ਾਰ, ਕੱਲ ਮੈਂ ਕੀ ਕਹਿੰਦੇ ਕਿ ਆਂਸਰ ਕੀ ਫਸਟ ਗ੍ਰੇਡ ਦੀ ਲੈ ਕੇ ਹਾਜ਼ਰ ਹਾਂ। ਤੁਹਾਡੇ ਸਾਰਿਆਂ ਦਾ ਧੰਨਵਾਦ ਭਾਈ, ਬਹੁਤ ਬਹੁਤ ਧੰਨਵਾਦ। ਤੁਹਾਡਾ ਜੀ ਕਰੇ ਤਾਂ ਤੁਸੀਂ ਇਹਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਔਰ ਜੇ ਨਹੀਂ ਮੰਨਦਾ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹੈ, ਪਰੰਤੂ ਜਿਹੜੀ ਮੈਂ ਗੱਲ ਕਹੀ ਹੈ ਉਹ ਬਿਲਕੁਲ 100% ਸਹੀ ਹੈ ਭਾਈ। ਧੰਨਵਾਦ ਤੁਹਾਡੇ ਸਾਰਿਆਂ ਦਾ ਹੀ, ਜਿਹੜਾ ਮੈਨੂੰ ਇੰਨਾ ਪਿਆਰ ਦਿੱਤਾ, ਸਤਿਕਾਰ ਦਿੱਤਾ, ਉਸ ਲਈ ਬਾਰ ਬਾਰ ਧੰਨਵਾਦ ਭਾਈ।